राजा एक सवा मना अमला रोजा सुने का दान करना उस तो बाद दान करिया तो फिर वो रोटी खाता जे अगर वह दान नहीं करता सुने का अमले का तो वो रोटी नहीं खाता। एक दिन वे ना जे नूह का पुत्र है ना वो बोले कि साढ़े पिता ने इन्ना दान कर देना है तो साढ़ा तो घर बर्बाद हो जाना साड़ी अन्न धन कुत्थों जाना है असं कुत्थों लगे खान पान कुत्थों करगे। राजे ने उन्हें पुत्रे ने तो नूह ने उसी घरों निकाली था जे तुसी दान करना तो तुसी घरों निकली आओ आपू दान करो जितों मर्जी करो कमाओ जो मर्जी करो दान करो
ਉਹ ਦਾਨ ਆਉਂਦਾ ਹੈ ਭਗਵਾਨ ਵਿਸ਼ਨੂੰ ਦੇ ਘਰੋਂ ਕ੍ਰਿਸ਼ਨ ਭਗਵਾਨ ਉਸ ਭੇਜਦਾ ਹੈ ਦਾਨ ਤਾਂ ਕਰਦਾ ਉਹ ਕਹਿੰਦੇ ਸੱਤ ਦਾ ਭਰੇ ਦਾ ਉਸ ਵੇਲੇ ਸਤਿਯੁਗ ਦਾ ਜ਼ਮਾਨਾ ਹੈ ਉਹ ਵੀਰ ਜਿਸਲੇ ਨਹੀਂ ਉਹ ਕੀਤਾ ਨਹੀਂ ਦਾਨ ਉਹ ਘਰੋਂ ਨਿਕਲੀ ਜਾਂਦੇ ਨੇ ਜਿਸਲੇ ਘਰੋਂ ਅਤੇ ਬੜੀ ਜੁਆੜ ਵਿੱਚ ਬੈਠ ਜਾਂਦੇ ਨੇ ਜੁਆੜ ਵਿੱਚ ਬੈਠੀਆ ਤਾਂ ਉਹ 7 ਦਿਨ ਰੋਟੀ ਨਹੀਂ ਖਾਧੀ ਉਹਨਾਂ ਨੇ ਅੰਨ ਪਾਣੀ ਕੁਛ ਨਹੀਂ ਪੀਤਾ ਉਹਨਾਂ ਨੇ ਤਾਂ 7 ਦਿਨ ਬੜੇ ਭਗਵਾਨ ਦੇ ਮੱਥੇ ਟੇਕਦੇ ਰਹੇ ਅਸੀਂ ਜਦ ਕੋ ਦਾਨ ਨਹੀਂ ਕਰਦੇ ਆਉਂਦੇ ਦਾ ਤਦ ਕੋ ਰੋਟੀ ਨਹੀਂ ਖਾਣੀ ਉਹ ਭਗਵਾਨ ਇੱਕ ਦਿਨ ਸੁਪਨੇ 'ਚ ਆਇਆ ਉੱਠ ਰਾਜਾ ਤੇਰੇ ਜੈਸਾ ਦੀਆਂ ਘਰ ਪਰਿਵਾਰ ਵੱਧਦੇ ਰਹਾ ਉਸੇ ਹਿਸਾਬ ਕੰਨੇ ਤੇਰੇ ਇੱਥੇ ਬ੍ਰਿਕਸ਼ ਲੱਗੀ ਹੈ ਆਂਬਲੇ ਦੇ ਅਤੇ ਅੰਨ ਧਨੇ ਦੇ ਸਭ ਕੁਛ ਸੰਪਤੀ ਹੋਈ ਹੈ ਤੂੰ ਦਾਨ ਕਰ ਉੱਠੀਏ ਉਹ ਉੱਠਦੇ ਨੇ ਸੱਚ ਗਿਆ ਮੂਚੀ ਉਹਦੇ ਨਾਲ ਦਾਨ ਪੁੰਨ ਜਿਹੜਾ ਕਰਦੇ ਹੈ ਆਪਣੇ ਘਰ ਦਾ ਦਾਨ ਦਿੰਦੇ ਹੈ ਉਸੇ ਹਿਸਾਬ ਨੇ ਆਂਬਲੇ ਲੱਗੀ ਹੈ ਉਸੇ ਹਿਸਾਬ ਕੰਨੇ ਉਹਨਾਂ ਹੀ ਦਾਨ ਜਿਹੜਾ ਧਨ ਧਨੀ ਆ ਉਹ ਸਭ ਕੁਛ ਉਹਦੇ ਪ੍ਰਾਪਤ ਹੋਈ ਆ ਜਿਹੜਾ ਪ੍ਰਾਪਤ ਹੋਈ ਹੁੰਦਾ ਜਾਂਦਾ ਤਾਂ ਉਹ ਫਿਰ ਉੱਠੀਆ ਮੁੜੀਆ ਸਤੇ ਦੇ ਭਰੇ ਦੇ ਉਹਨਾਂ ਮੁੜੀਆ ਦਾਨ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਆਂਬਲਿਆ ਦਾਨ 125 ਦਾਨ ਸੁਣਨੇ ਦਾ ਕਰਦੇ ਹੋ ਤਾਂ ਰੋਜ਼ ਤਾਂ ਰੋਟੀ ਖਾਂਦੇ ਹੈ ਲੈ ਸਤਯੁਗ ਵਿੱਚ ਵੇ ਤੂੰ ਇੰਨਾ ਆ ਸਤਯੁਗ 'ਚ ਬੋੜਿਆ ਤਾਂ ਮਿਗੀ ਅੱਜ ਕਲਯੁਗ 'ਚ ਵੀ ਬੋੜ ਜੇ ਮੈਂ ਕਲਯੁਗ ਵਿੱਚ ਨਹੀਂ ਕਰਦਾ ਇਹੜੀ ਸਚਾਈ ਤਾਂ ਮੈਂ ਕਲਯੁਗ ਕੋ ਨਹੀਂ ਮੰਨਣਾ ਫਿਰ ਉਹ ਜਿਸਲੇ ਉਹ ਜਿਹੜੇ ਨੂੰਹ ਪੁੱਤਰੇ ਹੈ ਨਾ ਉਹ ਲੈ ਕੇ ਦਾਨ ਕਰਨੇ ਜਿਹੜੇ ਉਹਦੇ ਨੂੰਹ ਪੁੱਤਰਾਂ ਨੇ ਬੜੀ ਬਿਪਤੀ ਪਈ ਹੈ ਉਹਦੇ ਘਰ ਕੁਛ ਨਹੀਂ ਰਿਹਾ ਖਾਣ ਪਾਣ ਲਾਣ ਵਸਤਰ ਅਨੂ ਕੁਛ ਨਹੀਂ ਉਹਦੇ ਘਰ ਸੰਪਤੀ ਜਿਹੜੀ ਖਤਮ ਹੋਈ ਹੈ ਉਹ ਸੱਸੂ ਸਹੁਰਿਆਂ ਦੇ ਕੰਨੇ ਹੀ ਹੁੰਦੀ ਸੰਪਤੀ ਦਾਨ ਕਰਦੇ ਹੈ ਤਾਂ ਭਗਵਾਨ ਦਿੰਦਾ ਵੀ ਹੈ ਸਾਨੂੰ ਜਿਹੜਾ ਉਹਨਾਂ ਇਹ ਭਗਵਾਨ ਨੇ ਉਹ ਦਿੱਤਾ ਦਾਨ ਤਾਂ ਉਹ ਉੱਥੇ ਜੰਗਲੇ 'ਚ ਜਾਈਆ ਪੂਜਾ ਲੈ ਕੇ ਕਰਨ ਅਤੇ ਦਾਨ ਪੁੰਨ ਲੈ ਕੇ ਕਰਨ ਹੁਣ ਇੱਕ ਦਿਨ ਲੋਕ ਇਕੱਠੇ ਹੋਏ ਉਹ ਆਖਦੇ ਕਿ ਤੁਸੀਂ ਕੀ ਕਾਂਬਲੀ ਰਾਜਾ ਆਇਆ ਜੰਗਲੇ 'ਚ ਬੈਠੇ ਦਾ ਤੁਸੀਂ ਬੜੀ ਬਿਪਤੀ ਜਿਹੜੀ ਆ ਤੁਸੀਂ ਜਾਓ ਅਤੇ ਬਿਪਤੀ ਤਾਂ ਹੀ ਦੂਰ ਕਰਨੀ ਆ ਉਹਦੇ ਪੈਰਾਂ ਪਵੋ ਤੁਸੀਂ ਇਹ ਨਹੀਂ ਪਤਾ ਹੈ ਕੌਣ ਹੈ ਰਾਜਾ ਪਰ ਉਹਨਾਂ ਨੂੰਹਾਂ ਪੁੱਤਰਾਂ ਨਹੀਂ ਪਤਾ ਕਿ ਮੇਰੇ ਸੱਸ ਸਹੁਰਾ ਅਸੀਂ ਜਿਹੜੇ ਵਿਦਿਆ ਕਰੀ ਤੇ ਕਰੋ ਉਹ ਜਿਲ੍ਹਾ ਜਿੰਦੇ ਨਾ ਅਤੇ ਨਹਾਉਂਦੇ ਧੋਂਦੇ ਉੱਥੇ ਜਿੰਦੇ ਪੈਰਾਂ ਪਾਉਂਦੇ ਨਾ ਅੰਮ੍ਰਿਤ ਰਾਣੀ ਸੀ ਨਾ ਜਿਹੜੀ ਰਾਜੇ ਦੀ ਉਸਨੇ ਕੀ ਕੀਤਾ ਉਹਨੇ ਕਿਹਾ ਦੂਰੋਂ ਦੇ ਲੋਕ ਆਏ ਨਾ ਰਾਜਾ ਇਹ ਸਾਡੀ ਮਜ਼ਦੂਰੀ ਆਏ ਤੁਸੀਂ ਮਜ਼ਦੂਰੀ ਘੱਟ ਲਿਓ ਅਤੇ ਦਾਨ ਹੀ ਨਾ ਕਿ ਮਜ਼ਦੂਰੀ ਪੈਸੇ ਜ਼ਿਆਦਾ ਦੇ ਉਹ ਪੈਸੇ ਅੱਛਾ ਰਾਜਾ ਮੰਨੀ ਆ ਮੰਨਦੇ ਹੈ ਨਾ ਉਸ ਵੇਲੇ ਲੋਕ ਜਿਹਨਾਂ ਉਹ ਚਲੀ ਗਿਆ ਅਤੇ ਉਹ ਇੱਕ ਦਿਨ ਕਿਹਾ ਹੋਇਆ ਵੀ ਦਾਨ ਕਰਦੇ ਕਰਦੇ ਉਹਨੇ ਮਾਤਾ ਜੀ ਮਿੱਕੀ ਇਸ਼ਨਾਨ ਕਰਾਓ ਵੀ ਉਹ ਬੋਲੀ ਵੀ ਮੈਂ ਇੱਕ ਜਣੀ ਇਸ਼ਨਾਨ ਕਰਾਓ ਉਹ ਇਸ਼ਨਾਨ ਲੱਗੀ ਕਰਾਉਣ ਮੈਂ ਕਰਾਉਂਦੀ ਇਹਨੇ ਇਸ਼ਨਾਨ ਉਹ ਜਿਹੜਾ ਇਸ਼ਨਾਨ ਲੱਗੀ ਕਰਾਉਣ ਉਹਦੇ ਪਿੱਠੀ ਪਰ ਕੋਈ ਆਂਬਲੇ ਰਹੇ ਆਂਬਲੇ ਜਿਹੜੇ ਹੈ ਨਾ ਉਹ ਸੁੰਨੇ ਦੇ ਆਂਬਲੇ ਨੇ ਇਹ ਸੁੰਨੇ ਦੇ ਆਂਬਲੇ ਤਾਂ ਉਹਨੇ ਕਿਹਾ ਮਾਤਾ ਜੀ ਮੈਂ ਉਹਨੇ ਕਈ ਰੋਣ ਬਹੂ ਜਿਹੜੀ ਸੀ ਉਹਦੀ ਨੂੰਹ ਹੀ ਉਹ ਰੋਣ ਲੈ ਕੇ ਉਹਦਾ ਟੱਪ ਟੱਪ ਕਰਦੇ ਆਥੂ ਜਿਹੜੇ ਉਹਦੇ ਪਿੱਠੀ 'ਚ ਲੱਗੇ ਕਿਰਨ ਆਖੀ ਬਹੂ ਤੂੰ ਕਹਿ ਰੋਵਾਨੀ ਹੈ ਆਖਾ ਹੀ ਮੈਂ ਰੋਵਾਂ ਨਹੀਂ ਮੇਰੀ ਸੱਸ ਵੀ ਇਸੇ ਤਰ੍ਹਾਂ ਦੀ ਸੀ ਅਤੇ ਉਹਨੇ ਲਿਆ ਸੱਸ ਨਹੀਂ ਸੀ ਮੈਂ ਕਿ ਤੇਰੀ ਸੱਸ ਹੀ ਤੁਸੀਂ ਘਰੋਂ ਕੱਢੀ ਤਾਂ ਹਾਂ ਸਾਨੂੰ ਦੇਖ ਲਓ ਇੱਥੇ ਅੰਨ ਧਨ ਬ੍ਰਿਕਸ਼ ਜੋ ਵੀ ਹੈ ਨਾ ਆਂਬਲੇ ਦੇ ਸੰਪਤੀ ਸਾਰੀ ਪੂਰੀ ਹੋਈ ਅਸੀਂ ਦਾਨ ਕਰਨੇ ਹਾਂ ਅਤੇ ਅਸੀਂ ਰੋਟੀ ਤਾਂ ਖਾਂਦੇ ਹਾਂ ਇਹ ਸਤਯੁਗ ਜੇ ਸਤਯੁਗ ਨਾਲ ਬੁਲਾਇਆ ਅਮਲੀ ਰਾਜਾ ਜੇ ਸਤਯੁਗ ਵਿੱਚ ਪਤਕਮਾ ਜੇ ਸਤਯੁਗ ਵਿੱਚ ਤੁਸੀਂ ਇੰਨਾ ਪ੍ਰਚਾਰ ਕਰਦੇ ਹੋ ਤਾਂ ਬਹੁਤ ਦੇ ਲੋਕਾਂ ਹੀ ਕੱਲ ਯੁਗ ਵਿੱਚ ਵੀ ਇਹੋ ਦੇ ਬੋਲੇ ਜਿਤੇ ਹੀ ਰਾਜੇ ਗਿਆ ਸੀ ਸਾਰੇ ਗਿਆ ਵਾ ਪਰ ਸੁਣਦੇ ਵਾਲੇ ਵੀ ਅਤੇ ਸੁਣਾਉਣੇ ਵਾਲੇ ਵੀ ਅਤੇ ਸਭ ਸੰਪਤੀ ਪਤਕਮਾ ਜੀ ਜੈ ਸ਼੍ਰੀ ਰਾਮ ਅੱਜ ਆਮਲਾ ਨਵਮੀ ਕਾ ਪਾਵਨ ਪਰਵ ਹੈ ਜੋ ਕਿ ਬੜੀ ਧੂਮਧਾਮ ਸੇ ਕਠੂਆ ਹਮਾਰੀ ਪ੍ਰਾਚੀਨ ਬਾਵਲੀਆਂ ਹੈ ਯਹਾਂ ਪਰ ਇਹ ਪਰਵ ਬੜੀ ਧੂਮਧਾਮ ਸੇ ਹਮਾਰੀ ਬਹਿਨੋਂ ਕੇ ਦੁਆਰਾ ਮਨਾਇਆ ਜਾ ਰਿਹਾ ਹੈ ਜੈਸੇ ਕਿ ਆਪ ਮੇਰੇ ਪਿੱਛੇ ਦੇਖ ਸਕਤੇ ਹੈ ਬੜੀ ਧੂਮਧਾਮ ਸੇ ਬਹਿਨੇ ਜੋ ਹੈ ਮਾਤਾ ਕੀ ਪੂਜਾ ਆਮਲੀ ਪੂਜਨ ਕੇ ਲੀਏ ਮਾਤਾਏ ਬਹਿਨੇ ਸਭ ਯਹਾਂ ਪਰ ਆਈ ਹੋਈ ਹੈ ਤੋ ਇਸ ਪਰਵ ਕੋ ਹਮ ਲੋਗ ਆਮਲਾ ਨਵਮੀ ਕੇ ਰੂਪ ਮੇ ਇਸ ਪਰਵ ਕੋ ਮਨਾਤੇ ਹੈ ਇਹ ਸਨਾਤਨ ਧਰਮ ਮੇ ਹਮਾਰੇ ਬੜਾ ਹੀ ਪ੍ਰਾਚੀਨ ਸਮੇਂ ਸੇ ਇਹ ਮਨਾਇਆ ਜਾ ਰਿਹਾ ਹੈ ਜੈਸੇ ਕਿ ਆਪ ਜਾਣਤੇ ਹੈ ਕਿ ਹਮਾਰੇ ਸਨਾਤਨ ਧਰਮ ਮੇ ਪ੍ਰਕਿਤੀ ਕੀ ਪੂਜਾ ਕੀ ਜਾਤੀ ਹੈ ਅੱਜ ਕੇ ਦਿਨ ਮਾਨਣਾ ਇਹ ਹੈ ਕਿ ਵਿਸ਼ਨੂੰ ਭਗਵਾਨ ਜੀ ਕਾ ਵਾਸ ਜੋ ਹੈ ਆਮਲਾ ਨਵਮੀ ਕੇ ਦਿਨ ਉਹ ਵਿਸ਼ਨੂੰ ਭਗਵਾਨ ਜੀ ਕਾ ਵਾਸ ਇਸ ਵਰਿਕਸ਼ ਮੇ ਹੋਤਾ ਹੈ ਇਸੀ ਲਈ ਹਮਾਰੀ ਜੋ ਬਹਿਨੇ ਹੈ ਮਾਤਾਏ ਹੈ ਉਹ ਆਪਣੀ ਮਨੋਕਾਮਨਾਏ ਜੋ ਹੈ ਯਹਾਂ ਪਰ ਆਕਰ ਮੰਗਤੀ ਹਾਂ ਉਨਕੀ ਮੰਨਤ ਪੂਰੀ ਹੋਤੀ ਹੈ ਕਲਯੁਗ ਮੇ ਜਿਤਨਾ ਵੀ ਹਮਲੋਕ ਪੂਜਾ ਪਾਠ ਕਰਤੇ ਹੈ ਉਸਕਾ ਜੋ ਸਾਲ ਭਰ ਕਾ ਫਲ ਹੋਤਾ ਹੈ ਉਹ ਇੱਕ ਹੀ ਦਿਨ ਮੇ ਆਜ ਕੀ ਜੋ ਪੂਜਾ ਹਮਲੋਕ ਆਮਲੀ ਪੂਜਾ ਬਹਿਨੇ ਕਰਤੀ ਹੈ ਉਸਕਾ ਜੋ ਪੂਰਾ ਫਲ ਹੈ ਉਹ ਇੱਕ ਹੀ ਦਿਨ ਮੇ ਮਿਲ ਜਾਤਾ ਹੈ ਕਿਉਂਕਿ ਇਹ ਮਾਨਿਅਤਾ ਹੈ ਕਿ ਵਿਸ਼ਨੂੰ ਭਗਵਾਨ ਜੀ ਕਾ ਵਾਸ ਜੋ ਹੈ ਆਜ ਕੇ ਦਿਨ ਇਸ ਪਰ ਹੋਤਾ ਹੈ ਤੋ ਸਭੀ ਬਹਿਨੇ ਜੋ ਹੈ ਆਪਣੇ ਅਖੰਡ ਸੁਭਾਗ ਕੇ ਲੀਏ ਮੰਗਤੀ ਹੈ ਕਈ ਬਹਿਨੇ ਜਿਨ੍ਹੇ ਪੁੱਤਰ ਪ੍ਰਾਪਤੀ ਕੇ ਲੀਏ ਯਹਾਂ ਪਰ ਆਪਣੀ ਮਨੋਕਾਮਨਾਏ ਮੰਗਤੀ ਹੈ
तो उनकी मनोकामनाएं जो है वो शीघ्र अति शीघ्र पूरी होती हैं, तो ऐसा मानना है। तो आप सब जानती हैं कि सनातन धर्म में प्रकृति का पूजन जो है बड़े प्राचीन समय से ही किया जा रहा है, तो इसलिए मैं अपने सनातन धर्म की जय बोलूंगी। सनातन धर्म की जय हो।